ਪੰਜ ਦੋਸ਼ੀ ਪੁਲਿਸ ਵਾਲੇ ਕਾਤਲ ਪੁਲਿਸ ਵਾਲਿਆਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਰਿਕਮੈਂਡੇਸ਼ਨ ਤੇ ਕੇਂਦਰ ਦੀ ਮੋਦੀ ਸਾਹਿਬ ਦੀ ਸਰਕਾਰ ਨੇ ਉਹ ਉਹਨਾਂ ਨੂੰ ਰਿਹਾ ਕਰਨ ਜਾ ਰਹੇ। ਅੱਜ ਤੋਂ 25-27 ਸਾਲ ਪਹਿਲਾਂ ਉਹਨਾਂ ਨੂੰ ਵੀ ਮੌਕੇ ਦੀ ਅਮਰਿੰਦਰ ਸਿੰਘ ਦੀ ਸਰਕਾਰ ਨੇ ਅਤੇ ਪੁਰਾਣੀ ਸੁਖਬੀਰ ਬਾਦਲ ਦੀ ਰਿਕਮੈਂਡੇਸ਼ਨ 'ਤੇ ਉਹਨਾਂ ਨੂੰ ਜੇਲ੍ਹਾਂ 'ਚੋਂ ਰਿਹਾਅ ਕੀਤਾ ਗਿਆ ਵਾ। ਕੈਪਟਨ ਅਮਰਿੰਦਰ ਸਿੰਘ ਨੂੰ ਜਵਾਬ ਦੇਣਾ ਪਵੇਗਾ ਪੰਜਾਬ ਦੇ ਲੋਕਾਂ ਦੀ ਕਚਹਿਰੀ ਵਿੱਚ। ਮੈਂ ਉਹਨਾਂ ਕੋਲੋਂ ਇਹ ਮੰਗ ਕਰਦਾ ਵਾਂ ਕਿ ਇੱਕ ਤਾਂ ਇਹ ਪੰਜ ਨਾਮ ਇਮੀਡੀਏਟਲੀ ਪਬਲਿਕ ਕਰੋ, ਕਾਰਨ ਦੱਸੋ ਕਿ ਇਹਨਾਂ ਨੂੰ ਕਿਉਂ ਛੱਡਿਆ ਜਾ ਰਿਹਾ ਵਾ। ਇਹ ਸਾਰੀਆਂ ਸ਼ਰਾਰਤਾਂ ਚੱਲਦੀਆਂ, ਬਿਹਾਈਂਡ ਦਾ ਡੋਰਸ ਐਫਰਟਸ ਕੀਤੇ ਜਾ ਰਹੇ ਨੇ ਕੁਛ ਸ਼ਰਾਰਤੀ ਅਨਸਰਾਂ ਵੱਲੋਂ ਕਿ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬੰਦ ਕਰਾਇਆ ਜਾਵੇ। ਪੰਜ ਦੋਸ਼ੀ ਪੁਲਿਸ ਵਾਲੇ ਜਿਨ੍ਹਾਂ ਨੇ ਪੰਜਾਬ ਦੇ ਜਦੋਂ ਖਾੜਕੂ ਲਏ ਸੀ ਉਹਦੇ 'ਚ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ ਸੀਗਾ, ਉਹਨਾਂ ਪੰਜ ਦੋਸ਼ੀ ਪੁਲਿਸ ਵਾਲੇ ਕਾਤਲ ਪੁਲਿਸ ਵਾਲਿਆਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਰਿਕਮੈਂਡੇਸ਼ਨ 'ਤੇ ਕੇਂਦਰ ਦੀ ਮੋਦੀ ਸਾਹਿਬ ਦੀ ਸਰਕਾਰ ਨੇ ਉਹ ਉਹਨਾਂ ਨੂੰ ਰਿਹਾਅ ਕਰਨ ਜਾ ਰਹੇ। ਔਰ ਇਹ ਜਿਹੜਾ ਮੈਂ ਸਮਝਦਾ ਬਹੁਤ ਮੰਦਭਾਗਾ, ਇਹ ਮਨੁੱਖੀ ਅਧਿਕਾਰਾਂ ਦਾ ਘਾਣ ਔਰ ਕਾਤਲਾਂ ਨੂੰ ਅਤੇ ਵਰਦੀਧਾਰੀਆਂ ਨੂੰ ਸ਼ਹਿ ਦੇਣ ਵਾਲੀ ਗੱਲ ਹੈ ਕਿ ਤੁਸੀਂ ਤਕੜੇ ਹੋ ਕੇ ਬੇਦੋਸ਼ੇ ਲੋਕਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੋ, ਸਰਕਾਰਾਂ ਬੈਠੀਆਂ ਤੁਹਾਨੂੰ ਬਚਾਉਣ ਵਾਸਤੇ। ਔਰ ਮੈਨੂੰ ਖਦਸ਼ਾ ਇਹ ਆ ਕਿ ਸਰਕਾਰ ਹਾਲੇ ਨਾਮ ਨਹੀਂ ਦੱਸਦੀ ਕਿ ਪੰਜ ਪੁਲਿਸ ਵਾਲੇ ਕਿਹੜੇ ਨੇ। ਮੈਨੂੰ ਖਦਸ਼ਾ ਕਿ ਇਹ ਜਸਵੰਤ ਸਿੰਘ ਖਾਲੜਾ ਦੇ ਕੇਸ ਨਾਲ ਤੁਲਕ ਰੱਖਣ ਵਾਲੇ ਪੰਜ ਦੋਸ਼ੀ ਪੁਲਿਸ ਵਾਲੇ ਨੇ। ਤਾਂ ਅਗਰ ਖਾਲੜੇ ਦੇ ਕੇਸ ਦੇ ਵਾਲਿਆਂ ਨੂੰ ਛੱਡਿਆ ਜਾ ਰਿਹਾ ਜਿਨ੍ਹਾਂ ਦੀ ਪੈਰਵਾਈ ਕਰਕੇ ਉਹਨਾਂ ਦੀ ਧਰਮਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਅਤੇ ਖਾਲੜਾ ਮਿਸ਼ਨ ਕਮੇਟੀ ਨੇ ਲਗਭਗ 2 ਦਹਾਕੇ ਲੜਾਈ ਲੜ ਕੇ ਉਹਨਾਂ ਨੂੰ ਸਜ਼ਾ ਕਰਵਾਈ ਆ ਸੁਪਰੀਮ ਕੋਰਟ ਤੱਕ ਜਾ ਕੇ, ਅਤੇ ਇਹ ਤਾਂ ਇੱਕ ਕੋਝਾ ਮਜ਼ਾਕ ਹੋਊਗਾ ਸੰਵਿਧਾਨ ਦਾ। ਇਹਦਾ ਮਤਲਬ ਜੱਜਾਂ ਦੀ ਕੋਈ ਬੁੱਕਤ ਨਹੀਂ ਹੈ ਇਸ ਦੇਸ਼ ਦੇ ਵਿੱਚ, ਜੁਡੀਸ਼ਰੀ ਦੀ ਕੋਈ ਵੈਲਿਊ ਨਹੀਂ ਗੀ। ਜੱਜ ਜੁਡੀਸ਼ਰੀ ਇਨਸਾਫ ਪਸੰਦੀ ਕਰਨਗੇ, ਲੋਕਾਂ ਨੂੰ ਸਜ਼ਾ ਦੇਣਗੇ ਕਾਤਲਾਂ ਨੂੰ, ਅਤੇ ਸਰਕਾਰਾਂ ਬੈਠੀਆਂ ਨੇ ਉਹਨਾਂ ਨੂੰ ਛਡਾਉਣ ਵਾਸਤੇ। ਔਰ ਕਿਤੇ ਨਾ ਕਿਤੇ ਇਹ ਇੱਕ ਡੇਂਜਰਸ ਪੋਲਿਸੀ ਇਖਤਿਆਰ ਕਰ ਰਹੀ ਹੈ ਸਰਕਾਰ, ਔਰ ਇਹਦੇ ਨਾਲ ਵਾਇਲੈਂਸ ਜਿਹੜਾ ਵਾ ਔਰ ਖਾਸ ਤੌਰ 'ਤੇ ਸਟੇਟ ਸਪੋਂਸਰਡ ਵਾਇਲੈਂਸ ਵਧੇਗਾ, ਉਹਨੂੰ ਸ਼ਹਿ ਦੇ ਰਹੇ ਆ। ਔਰ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਇਹਦਾ ਮਤਲਬ ਇਹ ਆ ਕਿ ਝੂਠੇ ਪੁਲਿਸ ਮੁਕਾਬਲਿਆਂ ਨੂੰ ਵਧਾਵਾ ਦੇ ਰਹੀਆਂ ਸਰਕਾਰਾਂ, ਇੱਥੋਂ ਦੀ ਪੰਜਾਬ ਸਰਕਾਰ ਵੀ ਅਤੇ ਕੇਂਦਰ। ਔਰ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਔਰ ਪਿਛਲੀ ਬਾਦਲ ਦੀ ਸਰਕਾਰ ਦੀ ਰਿਕਮੈਂਡੇਸ਼ਨ 'ਤੇ 4 ਦੋਸ਼ੀ ਪੁਲਿਸ ਵਾਲੇ, ਜਿਨ੍ਹਾਂ 'ਚ 3 ਉੱਤਰ ਪ੍ਰਦੇਸ਼ ਦੇ ਦੋਸ਼ੀ ਪੁਲਿਸ ਵਾਲੇ ਸੀਗੇ ਰਵਿੰਦਰ ਕੁਮਾਰ SP ਸਮੇਤ, ਉਹਨਾਂ ਨੂੰ ਇੱਕ ਦਲਿਤ ਸਿੱਖ ਨੌਜਵਾਨ ਦੇ ਝੂਠੇ ਪੁਲਿਸ ਮੁਕਾਬਲਾ ਜਿਹੜਾ ਕਿ ਸਹਾਰਨ ਮਾਜਰਾ ਪਿੰਡ ਲੁਧਿਆਣੇ ਜ਼ਿਲ੍ਹੇ ਦਾ ਰਹਿਣ ਵਾਲਾ ਸੀ, ਜਿਹਨੂੰ UP ਦੀ ਪੁਲਿਸ ਇੱਥੋਂ ਚੁੱਕ ਕੇ ਲੈ ਗਈ ਅੱਜ ਤੋਂ 25-27 ਸਾਲ ਪਹਿਲਾਂ, ਉਹਨਾਂ ਨੂੰ ਵੀ ਮੌਕੇ ਦੀ ਅਮਰਿੰਦਰ ਸਿੰਘ ਦੀ ਸਰਕਾਰ ਨੇ ਅਤੇ ਪੁਰਾਣੀ ਸੁਖਬੀਰ ਬਾਦਲ ਦੀ ਰਿਕਮੈਂਡੇਸ਼ਨ 'ਤੇ ਉਹਨਾਂ ਨੂੰ ਜੇਲ੍ਹਾਂ 'ਚੋਂ ਰਿਹਾਅ ਕੀਤਾ ਗਿਆ ਵਾ। ਔਰ ਇਹ ਸਮਝਦਾ ਨਾ ਸਿਰਫ ਮਨੁੱਖਤਾ ਦੇ ਉਲਟ ਕਦਮ ਹੈ, ਇਹ ਪੰਜਾਬ ਦੇ ਉਲਟ ਇੱਕ ਕਦਮ ਹੈ ਔਰ ਸਿੱਖ ਕੌਮ ਦੇ ਖਿਲਾਫ ਇੱਕ ਬਹੁਤ ਵੱਡਾ ਜਿਹੜਾ ਅਨਿਆਏ ਹੋ ਰਿਹਾ ਵਾ, ਕਿਉਂਕਿ ਜਿਨ੍ਹਾਂ ਪਰਿਵਾਰਾਂ ਨੇ ਔਰ ਜਿੱਦਾਂ ਇਹ ਸਹਾਰਨ ਮਾਜਰਾ ਦਾ ਦਲਿਤ ਪਰਿਵਾਰ, ਇਹਨਾਂ ਨੇ 22-23 ਸਾਲ CBI ਦੀ ਅਦਾਲਤ ਵਿੱਚ ਕੇਸ ਲੜਿਆ, ਕਿੰਨੇ ਪੈਸੇ ਲੱਗਦੇ ਨੇ, ਕਿੰਨੀ ਜਾਨ ਲੱਗਦੀ ਆ, ਔਰ CBI ਦੀ ਅਦਾਲਤ ਵਿੱਚ ਉਹਨਾਂ ਨੂੰ ਦੋਸ਼ੀਆਂ ਨੂੰ ਉਮਰ ਕੈਦ ਸੁਣਾਈ ਸੀਗੀ। ਔਰ ਜਿਸ ਤਰ੍ਹਾਂ ਇਹ ਵੀ 5 ਛੱਡੇ ਜਾ ਰਹੇ ਨੇ, ਇਹਨਾਂ ਨੂੰ ਉਮਰ ਕੈਦ ਸੁਣਾਈ ਆ, ਸ਼ਾਇਦ CBI ਦੀ ਅਦਾਲਤ ਨੇ ਸੁਣਾਈ ਆ। ਇਹਦਾ ਮਤਲਬ CBI ਦੀ ਅਦਾਲਤ ਦੀ ਕੋਈ ਵੈਲਿਊ ਨਹੀਂ, ਕਿਸੇ ਜੱਜ ਦੀ ਕੋਈ ਵੈਲਿਊ ਨਹੀਂ ਗੀ। ਦਿਸ ਇਜ਼ ਪ੍ਰਮੋਟਿੰਗ ਐਕਸਟਰਾ ਜੁਡੀਸ਼ੀਅਲ ਕਿਲਿੰਗਸ, ਦਿਸ ਇਜ਼ ਸਪੋਰਟਿੰਗ ਫੇਕ ਇਨਕਾਊਂਟਰ ਸਪੈਸ਼ਲਿਸਟ ਕਿਲਰ ਪੁਲਿਸਮੈਨ। ਕੈਪਟਨ ਅਮਰਿੰਦਰ ਸਿੰਘ ਨੂੰ ਜਵਾਬ ਦੇਣਾ ਪਵੇਗਾ ਪੰਜਾਬ ਦੇ ਲੋਕਾਂ ਦੀ ਕਚਹਿਰੀ ਵਿੱਚ। ਮੈਂ ਉਹਨਾਂ ਕੋਲੋਂ ਇਹ ਮੰਗ ਕਰਦਾ ਵਾਂ ਕਿ ਇੱਕ ਤਾਂ ਇਹ ਪੰਜ ਨਾਮ ਇਮੀਡੀਏਟਲੀ ਪਬਲਿਕ ਕਰੋ, ਕਾਰਨ ਦੱਸੋ ਕਿ ਇਹਨਾਂ ਨੂੰ ਕਿਉਂ ਛੱਡਿਆ ਜਾ ਰਿਹਾ ਵਾ, ਔਰ ਉਹਨਾਂ ਪਰਿਵਾਰਾਂ ਦਾ ਕੀ ਹੋਵੇਗਾ ਜਿਨ੍ਹਾਂ ਨੇ ਕਈ ਦਹਾਕੇ ਅਦਾਲਤਾਂ ਵਿੱਚ ਧੱਕੇ ਖਾ ਕੇ ਲੜਾਈ ਲੜ ਕੇ ਇਹਨਾਂ ਨੂੰ ਕੀਤਾ। ਇਸ ਲਈ ਇਸ ਦੀਆਂ ਸਖ਼ਤ ਸ਼ਬਦਾਂ ਨਿੰਦਿਆ ਕਰਦੇ ਹਾਂ ਅਸੀਂ। ਮੈਂ ਸਮੂਹ ਪੰਜਾਬ ਦੇ ਅਖਲਾਕੀ ਲੋਕ ਜਿਹੜੇ ਨੇ ਅਤੇ ਪੋਲੀਟੀਕਲ ਪਾਰਟੀਜ਼, ਉਹਨਾਂ ਨੂੰ ਕਹੂੰਗਾ ਕਿ ਮੋਹਰੇ ਆਓ ਔਰ ਇਸ ਤਰ੍ਹਾਂ ਦੇ ਇਲੈਜੀਟਮੇਟ, ਇਲੀਗਲ, ਅਨਕੋਨਸਟੀਟਿਊਸ਼ਨਲ ਜਿਹੜੇ ਕਦਮ ਚੁੱਕ ਰਹੀਆਂ ਸਰਕਾਰਾਂ, ਚਾਹੇ ਉਹ ਪੰਜਾਬ ਸਰਕਾਰ ਹੈ ਚਾਹੇ ਉਹ ਕੇਂਦਰ ਦੀ ਸਰਕਾਰ ਹੈ, ਇਹਦਾ ਡਟ ਕੇ ਵਿਰੋਧ ਕੀਤਾ ਜਾਣਾ ਚਾਹੀਦਾ। ਖੈਰ ਸਾਹਿਬ, ਇੱਕ ਹਿੰਦੂ ਐਕਸਟ੍ਰੀਮਿਸਟ ਹੈਗੇ ਹੈ ਜਿਹੜੇ ਪੰਚਾਨੰਦ ਗਿਰੀ ਮਹਾਰਾਜ, ਉਹਨਾਂ ਨੇ ਕਿਹਾ ਕਰਤਾਰਪੁਰ ਕੋਰੀਡੋਰ ਨਹੀਂ ਬਣਨਾ ਚਾਹੀਦਾ। ਇਸ ਤੋਂ ਪਹਿਲਾਂ BJP ਦੇ ਇੱਕ MP ਹੈਗੇ ਹੈ ਸੁਬ੍ਰਨਮ ਸਾਮੀ, ਉਹ ਵੀ ਇਹੀ ਕਹਿ ਕੇ ਗਏ ਸੀ
ਅੱਜ ਪੰਚਾਨੰਦ ਗਿਰੀ ਮਹਾਰਾਜ ਵੱਲੋਂ ਕਿਹਾ ਗਿਆ ਕਿ ਉਹ ਜਿਹੜਾ ਕਰਤਾਰਪੁਰ ਕੋਰੀਡੋਰ ਨਹੀਂ ਬਣਨਾ ਚਾਹੀਦਾ। ਬੜੀ ਅਫਸੋਸਨਾਕ ਸਟੇਟਮੈਂਟ ਹੈ ਜੀ, ਔਰ ਸਾਨੂੰ ਤਾਂ ਪਹਿਲਾਂ ਤੋਂ ਖਦਸ਼ਾ ਨਜ਼ਰ ਆ ਰਿਹਾ ਕਿ ਕਿਤੇ ਨਾ ਕਿਤੇ ਇਹ ਜਿਹੜੇ ਬਿਆਨ ਆ ਰਹੇ ਨੇ ਫਰੋਮ ਡਿਫਰੈਂਟ ਐਂਗਲਸ, ਪਹਿਲਾਂ ਸੁਬਰਾਮਨਿਅਮ ਸਵਾਮੀ ਦਾ ਬਿਆਨ, ਹੁਣ ਗਿਰੀਰਾਜ ਦਾ ਬਿਆਨ, ਔਰ ਅਕਾਲੀ ਦਲ ਅਤੇ ਕਾਂਗਰਸ ਜਿਹੜਾ $20 ਫੀਸ ਰੱਖੀ ਆ ਪਾਕਿਸਤਾਨ ਨੇ ਉਹਨੂੰ ਜਜ਼ੀਆ ਕਰਾਰ ਦਿੰਦੇ ਨੇ। ਸੋ ਕਿਤੇ ਨਾ ਕਿਤੇ ਪਹਿਲਾਂ ਇੱਕ ਤਿਆਰੀ ਕੀਤੀ ਜਾ ਰਹੀ ਆ, ਇੱਕ ਮਾਹੌਲ ਬਣਾਇਆ ਜਾ ਰਿਹਾ ਕਿ ਕਿਸੇ ਤਰੀਕੇ ਦੇ ਨਾਲ ਕਰਤਾਰਪੁਰ ਸਾਹਿਬ ਦੀ ਕੋਰੀਡੋਰ ਨੂੰ ਬੰਦ ਕੀਤਾ ਜਾਵੇ। ਇਹ ਪੰਜਾਬ ਦੇ ਲੋਕ ਗੁਰੂ ਨਾਨਕ ਨਾਮ ਲੇਵਾ ਇਹ ਕਦੀ ਪ੍ਰਵਾਨ ਨਹੀਂ ਕਰਨਗੇ, ਔਰ ਇਹ ਮੈਂ ਸਮਝਦਾ ਕਿ ਬੀਜੇਪੀ ਅਗਰ ਵਾਕਈ ਸੰਜੀਦਾ ਵਾ ਤਾਂ ਉਹਨਾਂ ਨੂੰ ਇਸ ਤਰ੍ਹਾਂ ਦੇ ਬਿਆਨ ਦੇਣ ਵਾਲਿਆਂ ਦੇ ਖਿਲਾਫ ਸਖ਼ਤ ਠੋਸ ਨਿੱਗਰ ਕਾਰਵਾਈ ਕਰਨੀ ਚਾਹੀਦੀ ਆ, ਤਾਂ ਕਿ ਪੰਜਾਬ ਦੇ ਵਿੱਚ ਲੋਕਾਂ ਨੂੰ ਇਹ ਮਹਿਸੂਸ ਹੋਵੇ ਕਿ ਹਾਂ ਇਹ ਕੋਰੀਡੋਰ ਨੂੰ ਇਸ ਤਰ੍ਹਾਂ ਨਾਲ ਸ਼ਰਾਰਤ ਕਰਕੇ ਬੰਦ ਨਹੀਂ ਕੀਤਾ ਜਾਵੇਗਾ। ਔਰ ਜਿਹੜਾ ਜਜ਼ੀਆ ਦੀ ਗੱਲ ਕਰਦੇ ਆ, ਬਾਦਲ ਸਾਹਿਬ ਦਾ ਪਰਿਵਾਰ ਹਰਸਿਮਰਤ ਕੌਰ ਅਤੇ ਕੈਪਟਨ ਸਾਹਿਬ ਕੇ $20 ਜਜ਼ੀਆ ਲਾਤਾ, ਜੇ ਤੁਹਾਨੂੰ ਇੰਨੀ ਤਕਲੀਫ ਆ ਅਤੇ 50% ਸਬਸਿਡੀ ਯਾਨੀ ਕਿ $10 ਸਬਸਿਡਾਈਜ਼ ਪੰਜਾਬ ਗੌਰਮੈਂਟ ਕਰਦੇ ਅਤੇ $10 SGPC ਜਿਹੜੀ ਕਿ ਜਿਹਦੇ ਕੋਲ ਕੋਈ ਸਰਮਾਏ ਦੀ ਘਾਟ ਨਹੀਂ ਗੀ, $10 ਫੀਸ ਜਿਹੜੀ ਸਬਸਿਡਾਈਜ਼ SGPC ਕਰਦੇ। ਪਰ ਜਦੋਂ ਆਪਾਂ ਦੁਬਾਰਾ ਦੁਬਾਰਾ ਕਿਸੇ ਦੇਸ਼ ਨੂੰ ਜਿਹਨਾਂ ਦੇ ਕੋਲ ਅਧਿਕਾਰ ਆ ਆਪਣੇ ਫੀਸ ਲੈਣ ਦਾ, ਭਾਰਤ ਲੈਂਦਾ ਫੀਸ, ਔਰ ਜਿਹੜੇ ਸਾਨੂੰ ਕਹਿੰਦੇ ਆ ਕਿ ਜਜ਼ੀਆ ਲਾਤਾ ਕਰਤਾਰਪੁਰ ਸਾਹਿਬ 'ਤੇ, ਉਹਨਾਂ ਕੋਲ ਦਿੱਲੀ ਤੋਂ ਲੈ ਕੇ ਜਿਹੜੇ ਡੇਰਾ ਬਾਬਾ ਨਾਨਕ ਕਰਤਾਰਪੁਰ ਸਾਹਿਬ ਤੱਕ ਜਿਹੜੇ ਟੋਲ ਟੈਕਸ ਬੈਰੀਅਰਸ ਆ, ਤੁਸੀਂ ਉਹੀ ਹਟਾ ਦਿਓ, ਤੁਸੀਂ ਵੀ ਤਾਂ ਜਜ਼ੀਆ ਲਾਇਆ ਇੱਧਰਲੇ ਪਾਸਿਓਂ। ਇਸ ਲਈ ਇਹ ਸਾਰੀਆਂ ਸ਼ਰਾਰਤਾਂ ਚੱਲਦੀਆਂ, ਬਿਹਾਈਂਡ ਦਾ ਡੋਰਸ ਐਫਰਟਸ ਕੀਤੇ ਜਾ ਰਹੇ ਨੇ ਕੁਛ ਸ਼ਰਾਰਤੀ ਅਨਸਰਾਂ ਵੱਲੋਂ ਕਿ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬੰਦ ਕਰਾਇਆ ਜਾਵੇ। ਇਹ ਮੈਂ ਸਮਝਦਾ ਕਿ ਪੰਜਾਬ ਅਤੇ ਗੁਰੂ ਨਾਨਕ ਨਾਮ ਲੇਵਾ ਅਤੇ ਸਿੱਖ ਭਾਈਚਾਰੇ ਨੂੰ ਕਦੀ ਇਹ ਗੱਲ ਪ੍ਰਵਾਨ ਨਹੀਂ ਹੋਵੇ। ਇੱਕ ਸ਼ੇਖ ਰਸ਼ੀਦ ਖਾਨ ਨੇ ਕੱਲ੍ਹ ਗੋਪਾਲ ਚਾਵਲਾ ਨਾਲ ਪ੍ਰੈਸ ਕਾਨਫਰੰਸ ਕੀਤੀ ਹੈ ਪਾਕਿਸਤਾਨ ਦੇ ਅੰਦਰ, ਖਾਲਿਸਤਾਨ ਸਮਰਥਕਾਂ ਨੂੰ ਉਹਨਾਂ ਨੇ ਖੁੱਲ੍ਹਾ ਸੱਦਾ ਦਿੱਤਾ, ਕਿਹਾ ਕਿ ਪਾਕਿਸਤਾਨ ਦੇ ਲੋਕ ਆਓ ਭਗਤ ਕਰਨ ਖਾਲਿਸਤਾਨ ਸਮਰਥਕਾਂ। ਦੇਖੋ, ਪਾਕਿਸਤਾਨ ਇੱਕ ਇੰਡੀਪੈਂਡੈਂਟ ਕੰਟਰੀ ਹੈ, ਉਹ ਕੀ ਕਰਦੇ ਨੇ ਕੀ ਕਰ ਨਹੀਂ ਕਰਦੇ, ਉਹ ਕਿਸ ਨੂੰ ਸੱਦਾ ਦਿੰਦੇ ਨੇ ਕਿਸ ਨੂੰ ਨਹੀਂ ਸੱਦਾ ਦਿੰਦੇ, ਇਟ ਇਜ਼ ਦੇਅਰ ਇੰਟਰਨਲ ਮੈਟਰ। ਲੇਕਿਨ ਜਿੱਥੋਂ ਤੱਕ ਸਾਡਾ ਤੋਲਕ ਹੈਗਾ, ਕਰਤਾਰਪੁਰ ਸਾਹਿਬ ਕੋਰੀਡੋਰ ਅਵਸ਼ ਸਮੇਂ ਸੀਮਤ ਦੇ ਅੰਦਰ ਖੁੱਲ੍ਹਣੀ ਚਾਹੀਦੀ ਹੈ, ਔਰ ਲੋਕਾਂ ਨੂੰ ਉੱਥੇ ਜਾਣ ਦੀ ਪੂਰੀ ਜਿਹੜੀ ਹੈ ਪ੍ਰੋਪਰ ਖੁੱਲ੍ਹ ਹੋਣੀ ਚਾਹੀਦੀ। ਪਰ ਇਨੋਗ੍ਰੇਸ਼ਨ ਸੈਰਾਮਨੀ ਦੇ ਅੰਦਰ ਹੀ ਸੱਦਾ ਦਿੱਤਾ ਹੈ, ਔਰ ਉਹਨਾਂ ਨੇ ਕਿਹਾ ਕਿ ਆ ਕੇ ਉੱਥੇ ਮੱਥਾ ਟੇਕਣ, ਨਤਮਸਤਕ ਹੋਣ, ਸਾਡੇ ਵੱਲੋਂ ਖੁੱਲ੍ਹਾ ਸੱਦਾ ਹੈ। ਦੇਖੋ, ਮੈਂ ਉਹੀ ਕਹਿਣਾ ਕਿ ਇੱਕ ਇੰਡੀਪੈਂਡੈਂਟ ਸੋਵਰਨ ਸਟੇਟ ਕੀ ਫੈਸਲਾ ਕਰਦੀ ਹੈ ਉਹ ਉਹਨਾਂ ਦੀ ਇੱਛਾ ਹੈ, ਪਰ ਮੈਂ ਸਮਝਦਾ ਵਾਂ ਕਿ ਜਿਹੜਾ ਹੈਗਾ ਕਿਸੇ ਤਰ੍ਹਾਂ ਦੇ ਵੀ ਵੱਖਵਾਦ ਨੂੰ ਕੋਈ ਵਧਾਉਣਾ ਕਿਸੇ ਵਾਸਤੇ ਵੀ, ਉਹ ਖਾਸ ਤੌਰ 'ਤੇ ਕਰਤਾਰਪੁਰ ਦਾ ਕੋਰੀਡੋਰ ਜਿਹੜਾ ਇੱਕ ਬਹੁਤ ਮੁਸ਼ਕਿਲ ਨਾਲ 72 ਸਾਲਾਂ ਦੀ ਅਰਦਾਸ ਤੋਂ ਬਾਅਦ ਇਹ ਕੋਰੀਡੋਰ ਦੀ ਪ੍ਰਾਪਤੀ ਹੋਈ ਹੈ, ਤਾਂ ਇਸ ਨੂੰ ਸਮੂਥਲੀ ਅਲਾਓ ਹੋਣਾ ਚਾਹੀਦਾ। ਇੱਕ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਕਿਹਾ ਗਿਆ ਕਿ ਉਹ ਪਾਕਿਸਤਾਨ ਨਹੀਂ ਜਾਣਗੇ ਵੀ ਕਿਸੇ ਹਾਲਤ 'ਚ, ਉਹ ਇਹ ਨਾ ਦੁਨੀਆ ਸਮਝੇ ਕਿ ਮੈਂ ਕਰਤਾਰਪੁਰ ਜਾਵਾਂਗਾ ਤਾਂ ਉਹ ਪਾਕਿਸਤਾਨ ਜਾ ਰਿਹਾ, ਮੈਂ ਬਾਬਾ ਨਾਨਕ ਦੀ ਨਗਰੀ ਜਾ ਰਿਹਾ, ਪਾਕਿਸਤਾਨੀ ਮੈਂ ਤਦ ਤੱਕ ਜਾਊਂਗਾ ਜਦ ਤੱਕ ਉੱਥੇ ਸਾਡੇ ਆਰਮੀ ਇਹ ਜਿਹੜੇ ਜਵਾਨਾਂ ਦਾ ਬਾਰ ਬਾਰ ਜਿਹੜੇ ਮਾਰੇ ਜਾ ਰਹੇ ਹੈ ਉਹ ਨਹੀਂ ਜਦ ਤੱਕ ਪਾਕਿਸਤਾਨ ਵੱਲੋਂ ਰੁਕਿਆ ਜਾਂਦਾ। ਮੇਰੇ ਹਿਸਾਬ ਦੇ ਨਾਲ ਇਹ ਹਿਪੋਕ੍ਰੇਸੀ ਆ, ਤੁਸੀਂ ਖੁੱਲ੍ਹ ਕੇ ਕਹੋ ਕਿ ਅਸੀਂ ਗੁਰੂ ਸਾਹਿਬ ਦਾ ਜਿਹੜਾ ਸਥਾਨ ਆ ਜੋ ਕਿ ਹੁਣ ਪਾਕਿਸਤਾਨ ਦੇ ਵਿੱਚ ਆ, ਕਿ ਅਸੀਂ ਉੱਥੇ ਦਰਸ਼ਨਾਂ ਲਈ ਜਾ ਰਹੇ ਹਾਂ, ਔਰ ਜੇ ਤੁਸੀਂ ਪਾਕਿਸਤਾਨ ਦੇ ਐਡੇ ਵਿਰੋਧੀ ਹੋ ਤਾਂ ਫਿਰ ਜੋ ਤੁਹਾਡੇ ਆਪਣੇ ਪਰਿਵਾਰ ਦੇ ਵਿੱਚ ਉੱਥੋਂ ਦੇ ਬਸ਼ਿੰਦੇ ਰਹਿੰਦੇ ਆ ਉਹਦੇ ਬਾਰੇ ਵੀ ਦੱਸ ਦਿਓ ਫਿਰ ਤੁਸੀਂ। ਇੱਕ ਪਾਸੇ ਆਪਾਂ ਪਾਕਿਸਤਾਨ ਨਾਲ ਤੁਲਕ ਬਣਾ ਕੇ ਰੱਖੇ ਹੋਏ ਨੇ, ਫੈਮਿਲੀ ਟਾਈਜ਼, ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਅਸੀਂ ਪਾਕਿਸਤਾਨ ਦੀ ਧਰਤੀ 'ਤੇ ਪੈਰ ਨਹੀਂ ਰੱਖਣਾ, ਇਹ ਹਿਪੋਕ੍ਰੇਸੀ ਹੈ। ਪਾਕਿਸਤਾਨ ਅਗਰ ਕੋਈ ਐਂਟੀ ਇੰਡੀਆ ਐਕਟੀਵਿਟੀਜ਼ ਕਰਦਾ ਤਾਂ ਉਹ ਗਵਰਨਮੈਂਟ ਆਫ ਇੰਡੀਆ ਦੀ ਰਿਸਪੋਂਸੀਬਿਲਿਟੀ ਹੈ ਟੂ ਗਿਵ ਦੇਮ ਏ ਪ੍ਰੋਪਰ ਰਿਪਲਾਈ। ਲੇਕਿਨ ਜਦੋਂ ਕੈਪਟਨ ਅਮਰਿੰਦਰ ਸਿੰਘ ਬਾਰ ਬਾਰ ਪਾਕਿਸਤਾਨ ਨੂੰ ਕੰਡੈਮ ਕਰਦੇ, ਸਾਨੂੰ ਇਹ ਵੀ ਜਾਪਦਾ ਵਾ ਕਿ ਇਹ ਕਿਤੇ ਨਾ ਕਿਤੇ ਆਪਣੇ ਦਿੱਲੀ ਦੇ ਜਿਹੜੇ ਉਹਨਾਂ ਦੇ ਪੋਲੀਟੀਕਲ ਮਾਸਟਰਸ ਆ ਉਹਨਾਂ ਦੇ ਕਹਿਣ 'ਤੇ ਕਿਤੇ ਕਰਤਾਰਪੁਰ ਸਾਹਿਬ ਦੀ ਕੋਰੀਡੋਰ ਨੂੰ ਟੋਰਪੀਡੋ ਤਾਂ ਨਹੀਂ ਕਰਨਾ ਚਾਹੁੰਦੇ। ਇਹ ਵੀ ਕਿਤੇ ਨਾ ਕਿਤੇ ਸਾਨੂੰ ਉਹਦੀ ਉਹਨਾਂ ਦੇ ਬਿਆਨਾਂ 'ਚੋਂ ਦੁਬਾਰਾ ਦੁਬਾਰਾ ਗੱਲ ਨਜ਼ਰ ਆਉਂਦੀ, ਜਿੱਦਾਂ ਉਹ ਜਜ਼ੀਆ ਬਾਰੇ ਕਹਿੰਦੇ ਨੇ। ਸੋ ਮਤਲਬ $20 ਫੀਸ ਲਾਉਣੀ ਪਾਕਿਸਤਾਨ ਕਰਤਾਰਪੁਰ ਸਾਹਿਬ 'ਤੇ ਇਹ ਕੋਈ ਗੈਰ ਵਾਜਬ ਨਹੀਂ ਗੀ। 1400 ਰੁਪਈਆ ਹਰ ਗੁਰੂ ਨਾਨਕ ਨਾਮ ਲੇਵਾ, ਗਰੀਬ ਤੋਂ ਗਰੀਬ ਸਿੱਖ ਵੀ 1400 ਰੁਪਈਆ ਦੇ ਕੇ ਆਪਣੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦਾ। ਸੋ ਇਹ ਸਟੇਟਮੈਂਟਸ ਜਿਹੜੀਆਂ ਨੇ ਦੇ ਆਰ ਦੇ ਸਮੈਕ ਆਫ ਯੂ ਨੋ ਦੈਟ ਟੋਰਪੀਡੋ ਐਂਗਲ ਬਿਟਵੀਨ ਦ ਲਾਈਨਸ। ਖੈਰ ਸਾਹਿਬ, ਇੱਕ ਜਿਹੜੀ ਤਾਲਮੇਲ ਦੀ ਗੱਲ ਹੈਗੀ, ਤਾਲਮੇਲ ਨਹੀਂ ਬਣ ਪਾ ਰਹੀ ਹੈ SGPC ਅਤੇ ਸਰਕਾਰ ਦੇ ਵਿੱਚ,
ਹੁਣ ਅਕਾਲ ਤਖ਼ਤ ਦੇ ਬੈਨਰ ਹੇਠ ਜਿਹੜਾ ਜਿਹੜਾ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸਰਕਾਰ ਵੱਲੋਂ ਕਿਹਾ ਗਿਆ ਕਿ ਉਹ ਇੱਕੋ ਮੰਚ ਹੋਏਗਾ, ਲੇਕਿਨ ਐਸ ਜੀ ਪੀ ਸੀ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਵੱਲੋਂ ਹੀ ਮੰਚ ਤਿਆਰ ਜਿਹੜਾ ਕੀਤਾ ਜਾਏਗਾ। ਦੇਖੋ, ਮੈਂ ਸਮਝਦਾ ਹਾਂ ਕਿ ਇਹ ਐਸ ਜੀ ਪੀ ਸੀ ਅਤੇ ਕਾਂਗਰਸ ਅਤੇ ਪੰਜਾਬ ਸਰਕਾਰ ਹੋਛੀ ਲੜਾਈ ਲੜ ਰਹੇ ਨੇ। ਇਹ ਇਸ ਤਰ੍ਹਾਂ ਦੇ ਸਮਾਗਮ ਨੇ, ਇੱਥੇ ਦੋਨਾਂ ਧਿਰਾਂ ਨੂੰ ਫਰਾਕ ਦਿਲੀ ਦਿਖਾਉਣੀ ਚਾਹੀਦੀ ਸੀ। ਸਮਾਗਮਾਂ ਵਿੱਚ ਕਿਸੇ ਤਰ੍ਹਾਂ ਦਾ ਕੋਈ ਪੱਖਪਾਤ, ਕੋਈ ਕ੍ਰੈਡਿਟ ਵਾਰ ਨਹੀਂ ਹੋਣੀ ਚਾਹੀਦੀ। ਇਹ ਤਾਂ ਇੱਕ 550 ਸਾਲ ਪਹਿਲਾਂ ਸਾਡੇ ਪਹਿਲੇ ਗੁਰੂ ਸਾਹਿਬ ਨੇ ਇੱਕ ਸਮਾਜਿਕ ਨਿਆਂ ਦੀ ਗੱਲ ਕੀਤੀ ਸੀਗੀ। ਉਹਨਾਂ ਦੇ ਸਮਾਗਮਾਂ ਦੇ ਵਿੱਚ ਕੋਈ ਪੋਲਿਟਿਕਸ ਨਹੀਂ ਹੋਣੀ ਚਾਹੀਦੀ। ਔਰ ਮੈਂ ਸਮਝਦਾ ਕਿ ਦੋਨੋਂ ਪਾਰਟੀਆਂ, ਚਾਹੇ ਉਹ ਐਸ ਜੀ ਪੀ ਸੀ ਅਤੇ ਚਾਹੇ ਅਕਾਲੀ ਦਲ ਆ ਅਤੇ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਆ, ਇਹ ਗੱਲ ਇਹ ਵੀ ਯਾਦ ਰੱਖਣ ਕਿ ਇੱਕ ਪਾਸੇ ਤੁਸੀਂ ਗੁਰੂ ਨਾਨਕ ਸਾਹਿਬ ਦੇ ਸਮਾਗਮਾਂ ਦੇ ਬੜੇ ਜ਼ੋਰਾਂ ਸ਼ੋਰਾਂ ਨਾਲ ਲੋਕਾਂ ਨੂੰ ਦਿਖਾਵਾ ਕਰ ਰਹੇ ਹੋ, ਪਰ ਦੂਜੇ ਪਾਸੇ ਤੁਸੀਂ ਬਰਗਾੜੀ ਦੇ ਚੌਥੇ ਸਾਲ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਅੱਜ ਤੱਕ ਇਨਸਾਫ਼ ਨਹੀਂ ਦਿੱਤਾ ਦੋਨਾਂ ਪਾਰਟੀਆਂ ਨੇ। ਔਰ ਬਹਿਬਲ ਕਲਾਂ ਦੇ ਵਿੱਚ ਮਾਰੇ ਗਏ ਦੋ ਸਿੱਖ ਨੌਜਵਾਨਾਂ ਦਾ ਅੱਜ ਤੱਕ ਕੋਈ ਇਨਸਾਫ਼ ਨਹੀਂ ਦਿੱਤਾ। ਇਹਦਾ ਮਤਲਬ ਕਿ ਇਹ ਜਿਹੜਾ ਤੁਸੀਂ ਸਭ ਕਰਤਾਰਪੁਰ ਸਾਹਿਬ ਦੇ ਫੰਕਸ਼ਨਸ ਨੂੰ ਪੋਲੀਟੀਸਾਈਜ਼ ਕਰਨ ਦੀ ਕੋਸ਼ਿਸ਼ ਕਰਦੇ, ਅਗਰ ਤੁਸੀਂ ਵਾਕਈ ਗੁਰੂ ਨਾਨਕ ਸਾਹਿਬ ਦੇ ਫਲਸਫੇ 'ਚ ਯਕੀਨ ਰੱਖਦੇ ਹੋ ਤਾਂ ਪਹਿਲਾਂ ਤੁਹਾਨੂੰ ਉਹਨਾਂ ਵੱਲੋਂ ਥਾਪੇ ਗਏ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਨਿਰਾਦਰ ਹੋਇਆ ਪੰਜਾਬ ਦੇ ਵਿੱਚ, ਉੱਥੇ ਵੀ ਇਨਸਾਫ਼ ਦੇਣਾ ਚਾਹੀਦਾ।